ਕੱਢਲੀ ਬਾਬਲ ਦੀ ਬਾਪੂ ਜਾਨਵਰ ਦਾ ਮੇਰੇ ਤੋਂ ਜੋ ਕੁਝ ਵੀ ਜਿੱਤਿਆ ਜ਼ਿੰਦਗੀ ਚ ਸਭ ਕੁਝ ਹਾਰਦਾ ਮੇਰੇ ਤੋਂ ਰੋਵੇ ਦਿਲ ਦਾ ਟੁਕੜਾ ਆਖਰ ਨੂੰ ਹੈ ਕੱਤੋ ਤੋਰਨਾ ਪੈਂਦਾ ਏ ਮੈਂ ਲੱਕੀ ਤੀਆਂ ਬਾਬਲ ਦੀ ਮੈਨੂੰ ਬਾਪੂ ਪੁੱਤ ਪੁੱਤ ਕਹਿੰਦਾ ਏ ਬੱਚੀ ਨੇ ਬਹੁਤ ਮਿਹਨਤ ਕੀਤੀ ਆ, ਆਪਣਾ ਨਾਂ ਰੋਸ਼ਨ ਕੀਤਾ ਤੇ ਅੱਜ ਇਸ ਮੁਕਾਮ ਤੇ ਪਹੁੰਚੀ ਆ ਕਿ ਸਾਨੂੰ ਫਖਰ ਆ ਵੀ ਬੱਚੀ ਦੀ। ਸਰਗੀ ਦਾ ਵੇਲਾ ਉਹ ਜੁੰਮੇ ਦੀ ਸਵੇਰ ਸੀ, ਉਹਦੇ ਉੱਠਣੇ ਚ ਹਾਲੇ ਥੋੜੀ ਦੇਰ ਸੀ, ਕੱਚੀ ਨੀਂਦ ਰਹੀ ਅੰਮੀ ਨੇ ਜਗਾ ਲਿਆ, ਕੋਠੇ ਤੋਂ ਹਾਕ ਮਾਰ ਹੇਠਾਂ ਸੀ ਬੁਲਾ ਲਿਆ, ਪੁੱਲੇ ਪੁੱਲੇ ਨੰਗੇ ਪੈਰੀ ਉਤਰੀ ਸੀ ਪੌੜੀਆਂ, ਅੰਮੀ ਦੀਆਂ ਗੱਲਾਂ ਉਹਨੂੰ ਲੱਗੀਆਂ ਸੀ ਕੌੜੀਆਂ, ਦੁੱਸਦੇ ਹੀ ਉਹਨੂੰ ਬਾਪੂ ਨੇ ਮਨਾ ਲਿਆ, ਵੱਡੇ ਵੀਰੇ ਨੇ ਵੀ ਗਾੜੇ ਨਾਲੇ ਲਾ ਲਿਆ। ਚਾਚੀ ਕੋਲੋਂ ਪੁੱਛਿਆ, ਲੈ ਕੇ ਬੁੱਕਲ ਵਿੱਚ ਉਹਨੇ ਫਿਰ ਦੱਸਿਆ, ਦੂਰੋਂ ਦੂਰਾਡਿਓਂ ਕਿਸੇ ਨੇ ਹੈ ਆਉਣਾ, ਸਖੀਆਂ ਨੇ ਵੀ ਅੱਜ ਚਾਹ ਹੈ ਲਾਉਣਾ, ਪਰੀਆਂ ਦੇ ਵਾਂਗਰਾਂ ਤੈਨੂੰ ਹੈ ਸਜਾਉਣਾ। ਵੀ ਫਸਟ ਮੈਟ ਇਟ ਵਾਜ਼ ਲਾਈਕ ਕਿ ਸਾਨੂੰ ਮੈਨੂੰ ਲੱਗਦਾ ਸੀ ਕਿ ਹੀ ਇਜ਼ ਵੈਰੀ ਸਟੂਡੀਅਸ ਕਾਇੰਡ ਆਫ ਬੋਏ, ਹੈ ਨਾ, ਅਤੇ ਉਹਨਾਂ ਨੂੰ ਲੱਗਦਾ ਸੀ ਵੀ ਸ਼ੀ ਵਿਲ ਨੋਟ ਸੇ ਯੈਸ ਟੂ ਮੀ, ਕਿ ਮੈਂ ਨਹੀਂ ਇਹ ਨਹੀਂ ਆ ਕਰੇਗੀ ਲੜਕੀ, ਹੈ ਨਾ। ਤਾਂ ਬਟ ਜਦੋਂ ਅਸੀਂ ਗੱਲ ਕੀਤੀ ਵਿਦ ਇਨ ਫਿਊ ਡੇਜ਼ ਤਾਂ ਇੱਦਾਂ ਲੱਗਿਆ ਸੀ ਵੀ ਜਿਵੇਂ ਮਤਲਬ ਯੈਸ ਇੱਕ ਦੂਜੇ ਲਈ। ਦਾਦੀ ਨੇ ਤੇਰੇ ਹੈ ਕਾਲਾ ਟਿੱਕਾ ਲਾਉਣਾ, ਯਾਦ ਆਉਣੀਆਂ ਨੇ ਉਹ ਗੱਲਾਂ ਬੀਤੀਆਂ, ਵਿਹੜੇ ਵਿੱਚ ਖੇਡਦੀ ਹੁੰਦੀ ਸੀ ਰੋੜੇ ਕੀਤੀਆਂ। God bless you. Love you all. Miss you all. And I miss the marriage a lot. Say love you, Bua. Yes, Bua.
Miss you. Miss you. Congrats. ਮੁਬਾਰਕਾਂ ਬੱਚਿਆਂ ਨੂੰ ਦੋਨਾਂ ਨੂੰ, ਖੁਸ਼ ਰਹਿਣ, ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨ ਬੱਚੇ। ਬਹੁਤ ਬਹੁਤ ਮੁਬਾਰਕਾਂ ਪੁੱਤਰ।